ਬੱਚੀ ਨੂੰ ਕਾਰ 'ਚ ਸੁੱਤੀ ਛੱਡ ਵਿਆਹ ਤੇ ਚਲੇ ਗਏ ਮਾਪੇ। ਖਾ ਪੀ ਕੇ ਪਰਤੇ ਤਾਂ ਬੱਚੀ ਦੀ ਮੌਤ ਹੋ ਗਈ ਸੀ। ਵਿਚਾਰੀ ਮਾਸੂਮ ਦਾ ਸਾਹ ਘੁੱਟ ਗਿਆ। ਰੋਂਦੀ ਰੋਂਦੀ ਕਈ ਵਾਰ ਉਹਨੇ ਚਿਲਾਇਆ ਹੋਣਾ, ਬੱਚੀ ਨੇ ਰੋਲਾ ਪਾਇਆ ਹੋਣਾ, ਪਰ ਮਾਪਿਆਂ ਨੂੰ ਤਾਂ ਵਿਆਹ ਦਿਖ ਰਿਹਾ ਸੀ, ਨਾ ਕਿ ਆਪਣੀ ਬੱਚੀ। ਦਰਅਸਲ ਇਹ ਮਾਮਲਾ ਰਾਜਸਥਾਨ ਦੇ ਕੋਟਾ ਤੋਂ ਸਾਹਮਣੇ ਆਇਆ ਹੈ, ਜਿੱਥੇ ਮਾਂ ਬਾਪ ਆਪਣੀ ਦੋ ਬੱਚੀਆਂ ਦੇ ਨਾਲ ਇੱਕ ਵਿਆਹ ਸਮਾਗਮ ਤੇ ਪਹੁੰਚਦੇ ਨੇ। ਰਾਹ ਦੇ ਵਿੱਚ ਛੋਟੀ ਬੱਚੀ, ਜਿਸ ਦੀ ਉਮਰ 3 ਸਾਲ ਤੇ ਨਾਮ ਉਸਦਾ ਗਰਵੀ, ਗਰਵੀ ਨੂੰ ਨੀਂਦ ਆ ਜਾਂਦੀ ਹੈ, ਜਿਸ ਕਰਕੇ ਮਾਂ ਬਾਪ ਕਹਿੰਦੇ ਨੇ ਕਿ ਗਰਵੀ ਗੱਡੀ 'ਚ ਹੀ ਸੁੱਤੀ ਰਹੇਗੀ, ਅਸੀਂ ਵਿਆਹ ਭੁਗਤਾ ਜਾਂਦੇ ਹਾਂ। ਵਿਆਹ ਭੁਗਤਾਉਂਦੇ ਭੁਗਤਾਉਂਦੇ ਇੰਨਾ ਸਮਾਂ ਲੱਗ ਗਿਆ, 2 ਘੰਟੇ ਬੀਤ ਗਏ। ਜਦ ਮਾਂ ਬਾਪ ਅਤੇ ਇੱਕ ਬੇਟੀ ਵਾਪਸ ਪਰਤੀ ਤਾਂ ਕੀ ਦੇਖਦੇ ਨੇ ਕਿ ਗੱਡੀ ਦੇ ਵਿੱਚ ਗਰਵੀ ਦੀ ਲਾਸ਼ ਪਈ ਹੈ। ਤਾਂ ਮਾਂ ਬਾਪ ਦੀ ਲਾਪਰਵਾਹੀ ਕਹਿ ਲਓ ਜਾਂ ਫਿਰ ਮਾਂ ਬਾਪ ਦੀ ਲਾਪਰਵਾਹੀ ਕਰਕੇ ਲੋਕਾਂ ਨੂੰ ਸਬਕ ਕਹਿ ਲਓ, ਪਰ ਘਾਟਾ ਤੇ ਬਹੁਤ ਵੱਡਾ ਹੋ ਗਿਆ ਏ। 3 ਸਾਲਾਂ ਦੀ ਬੱਚੀ, ਮਹਿਜ਼ 3 ਸਾਲਾਂ ਦੀ ਬੱਚੀ, ਜੋ ਕਿ ਸੁੱਤੀ ਹੋਈ ਸੀ ਆਪਣੀ ਗੱਡੀ ਦੇ ਵਿੱਚ, ਜੇ ਮਾਂ ਬਾਪ ਚਾਹੁੰਦੇ ਤਾਂ ਉਸਨੂੰ ਜਗਾ ਕੇ ਨਾਲ ਲੈ ਜਾਂਦੇ, ਜਾਂ ਫਿਰ ਉਸਨੂੰ ਸੁੱਤੀ ਨੂੰ ਹੀ ਨਾਲ ਲੈ ਜਾਂਦੇ। 3 ਸਾਲ ਦੀ ਬੱਚੀ ਦਾ ਭਾਰੀ ਕਿੰਨਾ ਕੁ ਹੁੰਦਾ ਹੈ। ਜੇਕਰ ਨਾਲ ਲੈ ਜਾਂਦੇ ਉਸ ਬੱਚੀ ਨੂੰ ਤਾਂ ਅੱਜ ਗਰਵੀ ਸਾਡੇ ਵਿਚਕਾਰ ਹੋਣੀ ਸੀ, ਪਰ ਹੁਣ ਮਾਂ ਬਾਪ ਪਛਤਾ ਰਹੇ ਨੇ। ਪਛਤਾਉਣ ਦਾ ਹੁਣ ਕੋਈ ਫਾਇਦਾ ਨਹੀਂ, ਕਿਉਂਕਿ ਜਿਹੜੀ ਗਲਤੀ ਕੀਤੀ ਹੈ ਬੇਹੱਦ ਵੱਡੀ ਕੀਤੀ। ਕਿਉਂਕਿ ਅੱਗੇ ਵੀ ਕਈ ਵਾਰ ਸੁਣ ਚੁੱਕੇ ਹਾਂ ਕਿ ਬੱਚੇ ਕਈ ਵਾਰ ਗੱਡੀ ਦੇ ਵਿੱਚ ਆਪਣੇ ਆਪ ਨੂੰ ਲੌਕ ਕਰ ਲੈਂਦੇ ਨੇ, ਜਿਸ ਕਰਕੇ ਉਹਨਾਂ ਦਾ ਸਾਹ ਘੁੱਟਦਾ ਹੈ ਤੇ ਕਈ ਵਾਰ ਹਾਦਸੇ ਵੀ ਹੋਏ ਨੇ, ਬੱਚਿਆਂ ਦੀ ਮੌਤ ਵੀ ਹੋਈ ਹੈ। ਤਾਂ ਰਾਜਸਥਾਨ ਦੇ ਕੋਟਾ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ 3 ਸਾਲਾਂ ਦੀ ਬੱਚੀ ਦੀ ਗੱਡੀ 'ਚ ਦਮ ਘੁੱਟਣ ਕਾਰਨ ਮੌਤ ਹੋ ਗਈ ਹੈ। ये था कि आज ये फरियादी प्रदीप नागर अपने रिलेशन में ग्राम जोरावरपुरा में आया था लगन के प्रोग्राम में, जहाँ पर ये बच्ची खेलते खेलते ये पहुँचे होंगे, इसकी मदर अंदर चली गई और पिता बाहर होगा, ये खेलते खेलते वापस गाड़ी में अंदर चली गई, जिसमें गेट लगाने के कारण दम घुटने से इसकी मृत्यु हुई है। और जब 2 घंटे बाद इसके माँ ने तलाश किया कि बच्ची कहाँ है, वो सोच रही थी कि पिता के पास होगी, तो उसने कहा मेरे पास नहीं है, वो सोच रहा था माँ के पास होगी। इसी मामले को लेकर जब इन्होंने देखा तो गाड़ी मिली, उसके बाद ये परिजन इसके माता पिता यहाँ इटावा हॉस्पिटल लेके आए, जहाँ मृत घोषित कर दिया। इस सूचना पर मैं यहाँ आया हूँ।